ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਜਿੰਨੇ ਵੀ ਦਰਸ਼ਕ ਇਸ ਟਾਈਮ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ, ਸਾਰਿਆਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਜੀ। ਕੋਸ਼ਿਸ਼ ਹੁੰਦੀ ਹੈ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਹਰਮਨ ਸਿੰਘ ਜੀ ਦੇ ਨਾਲ ਰਾਬਤਾ ਕਰਾਈਏ, ਉਹਨਾਂ ਦੀ ਟੀਮ ਨਾਲ ਰਾਬਤਾ ਕਰਾਈਏ। ਰੀਅਲ ਇਸਟੇਟ ਜਗਤ ਅਤੇ ਮੋਰਗੇਜ ਜਗਤ ਦੇ ਵਿੱਚ ਕੀ ਸਰਗਰਮੀਆਂ ਹਨ, ਵੀ ਆਲਵੇਸ ਟਾਕ ਅਬਾਊਟ ਦਿਸ ਕਰੰਟ ਟੋਪਿਕਸ ਇਨ ਰੀਅਲ ਇਸਟੇਟ ਐਂਡ ਇਨ ਮੋਰਗੇਜ ਬਿਜ਼ਨਸ। ਵਟਸ ਹੈਪਨਿੰਗ ਇਨ ਨਿਊਯਾਰਕ, ਇਨ ਈਸਟ ਕੋਸਟ? Let's go to Punjab Avenue in Richmond Hill. I have Harman Singh ji with me, the CEO of Omni Mortgage, Omni Reality. We welcome Harman Singh ji. Harman ji, sat sri akal ji aayan. Sir, meri sat sri akal ji sare nu. Harman ji, ki kuch updates ne is week? And how was your last week? The last week was good ji. Tusi jehda coverage kita si, assi we sponsored a local apne councilman Japneet ji nu. You know, he is doing good right now and we are praying ki wins the election and ਸਾਡੀ ਆਪਣੀ ਰਿਪ੍ਰੈਜ਼ੈਂਟੇਸ਼ਨ ਹੋਵੇ ਲੋਕਲ ਸਾਡੇ ਏਰੀਆ ਦੇ ਵਿੱਚ। ਸਾਡਾ ਇਹ ਏਜੰਡਾ ਹੁੰਦਾ ਹੈ ਕਿ ਆਪਣੀ ਕਮਿਊਨਿਟੀ ਨੂੰ, ਆਪਣੇ ਯੰਗਸ ਦੋਜ਼ ਯੂਥ ਨੂੰ ਅਸੀਂ ਜਿੰਨਾ ਕੁਛ ਕਰ ਸਕੀਏ ਕਿ ਦੇ ਆਰ ਦਾ ਫਿਊਚਰ। ਅਤੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਕਿ ਫਾਈਨੈਂਸ਼ਲੀ, ਮੋਰਲੀ, ਹੈਂਡ ਇਨ ਹੈਂਡ ਜੋ ਵੀ ਸਪੋਰਟ ਅਸੀਂ ਕਰ ਸਕੀਏ ਐਜ਼ ਏ ਓਮਨੀ ਗਰੁੱਪ ਅਸੀਂ ਕਰਦੇ ਹਾਂ, ਕਿਉਂਕਿ ਇਹੀਓ ਸਾਡਾ ਫਿਊਚਰ ਨੇ। ਔਰ ਬਿਲੀਵ ਮੀ, ਮੈਂ ਆਪਣੇ 'ਚ ਬੜਾ ਖੁਸ਼ ਹੁੰਦਾ ਕਿ ਸਾਡਾ ਕੋਈ ਆਪਣਾ ਪੰਜਾਬੀ ਬੱਚਾ ਜਦੋਂ ਅੱਗੇ ਆਉਂਦਾ ਹੋਵੇ। ਅਤੇ ਇਟ ਇਜ਼ ਗੁੱਡ ਮੂਮੈਂਟ ਫਾਰ ਹਿਮ, ਵੀ ਡਿਡ ਲਾਸਟ ਵੀਕ ਦ ਸ਼ੋਅ। ਨਾਓ ਕਰੰਟਲੀ ਤਾਂ ਮਾਰਕੀਟ ਜਿਹੜੀ ਚੱਲ ਰਹੀ ਹੈ, ਜਿਸ ਐਜ਼ ਪੀਪਲ ਆਰ ਬੜੀਆਂ ਕ੍ਰੇਜ਼ੀ, ਸਾਨੂੰ ਕਾਲਸ ਆਉਂਦੀਆਂ ਨੇ ਕਿ ਅਸੀਂ ਆਫਰ ਦਿੱਤੀ ਹੈ, ਤੁਸੀਂ ਪ੍ਰੀ ਅਪਰੂਵਲ ਭੇਜੀ ਹੈ ਅਤੇ ਸਾਡਾ ਕਰਾ ਇੱਥੋਂ ਨਿਕਲ ਗਿਆ। ਸਾਡਾ ਇੱਕ ਇੰਸੀਡੈਂਟ ਹੁਣ ਹੋਇਆ ਕਿ ਬਾਇਰ ਨੇ ਕੰਟਰੈਕਟ ਵੀ ਸਾਈਨ ਕਰਤਾ, ਕੰਟਰੈਕਟ ਸਾਈਨ ਕਰਕੇ ਡਿਪੋਜ਼ਿਟ ਵੀ ਦੇ ਤਾ ਅਤੇ ਉਸ ਸੈਲਰ ਨੇ ਸਾਈਨ ਨਹੀਂ ਕੀਤਾ। ਅਤੇ ਯੈਸਟਰਡੇ ਵੀ ਫਾਊਂਡ ਆਊਟ ਕਿ ਵੀ ਸੈਲਰ ਆਲਰੇਡੀ ਓਮਨੀ ਹੋ ਗਿਆ, ਰਿਹਾ ਹੋ ਗਿਆ ਸੈਲਰ, ਸੰਬੜੀ ਮੇਡ ਹਾਇਰ ਆਫਰ, ਈਵਨ ਦਾ ਕੰਟਰੈਕਟ ਸਾਈਨ ਬਾਇਰ ਨੇ ਸਾਈਨ ਕੀਤਾ, ਸੈਲਰ ਨੇ ਸਾਈਨ ਨਹੀਂ ਕੀਤਾ ਸੀ। ਸੋ ਥਿੰਗਸ ਆਰ ਵੈਰੀ ਰਫ ਇਨ ਦ ਮਾਰਕੀਟ ਰਾਈਟ ਨਾਓ, ਕਿਉਂਕਿ ਕੋਵਿਡ ਇੰਪੈਕਟ ਕਰਕੇ, ਕੋਵਿਡ ਔਰ ਖੈਰ ਗਵਰਨਮੈਂਟ ਨੇ ਨਿਊਯਾਰਕ ਸਟੇਟ ਨੇ ਓਪਨ ਕਰਤਾ ਹੈ। ਵੈਲ ਹਰਮਨ ਸਿੰਘ ਜੀ, ਕੰਗ੍ਰੈਚੁਲੇਸ਼ਨ ਟੂ ਆਲ ਦਾ ਨਿਊਯਾਰਕਰਸ। ਵੀ ਜਸਟ ਗਾਟ ਅ ਨਿਊਜ਼ ਯੈਸਟਰਡੇ ਦੈਟ ਨਾਓ ਨਿਊਯਾਰਕ ਇਜ਼ ਓਪਨ ਫਾਰ ਆਲ ਦਾ ਆਪਰੇਸ਼ਨਸ ਇਫ ਯੂ ਆਰ ਫੁੱਲੀ ਵੈਕਸੀਨੇਟਡ। ਸੋ ਦੈਨ ਯੂ ਆਰ ਫਰੀ ਟੂ ਡੂ ਅ ਸ਼ਾਪਿੰਗ ਐਂਡ ਯੂ ਆਰ ਫਰੀ ਟੂ ਗੋ ਇਨ ਦ ਪਬਲਿਕ, but yes, you have to be fully vaccinated. I think it's a good news for us, for the community as well. It's a good news, magar assi jyada celebrate karni chahiye, kyunki main according to me, main apni beti na mall ch gaya te 50% logon ne mask nahi paya si ka, because now this thing, but I think it's too early, but it's public da apni choice hundi hai. I'm still wearing mask, main paana wa, kyunki hun kinu kive pata lagega bhai kehda banda fully vaccinated hai ya nahi hai. Kafi logon ne vaccine nahi lavayi and they're taking advantage of the situation. And I think everybody should wear mask in the public as currently now. Agge ja ke dekho ki hunda housing market di situation jehdi hai because of the covid impact jo hoya siga ki people are moving apartments nikal ke dense and density jo oda impact actually nazar aana shuru ho gaya sanu hun. Right now there is a multiple offers on the houses, bidding war ho rahi hai, to offer accept hon to baad offer dena ho rahi hai. It is totally in English kehnda chaos chal raha hai. ਵਟ ਇਜ਼ ਮਾਈ ਐਡਵਾਈਸ ਇਜ਼, ਕਿਉਂਕਿ ਜੋ ਅਸੀਂ ਜੋ ਮੈਂ ਗਾਈਡ ਕਰ ਰਿਹਾ ਕਿ ਅਗਰ ਤੁਸੀਂ ਘਰ ਵੇਖਿਆ, ਸਾਡੇ ਕੋਲ ਕਈ ਵਾਰ ਬਾਇਰ ਹੁੰਦੇ ਨੇ ਪ੍ਰੀ ਅਪਰੂਵਲ ਲੈ ਕੇ ਗਏ, ਕਾਰ ਲਿਸਟ ਸੀਗਾ 7.5 lakh ਦਾ, ਉਹਨਾਂ ਨੇ 7 lakh ਦੀ ਆਫਰ ਦੇ ਦਿੱਤੀ, ਬਾਅਦ ਚੋਂ ਆਈ ਜੀ ਸਾਡਾ ਘਰ ਜੀ 7.55 lakh ਦਾ ਵੇਚ ਗਿਆ। ਸੋ ਜਸਟ ਟੂ ਮੇਕ ਅਪ ਦ ਮਾਇੰਡ ਕਿ ਅਗਰ ਤੁਸੀਂ ਘਰ ਲੈਣਾ, ਡੋਂਟ ਨੈਗੋਸ਼ੀਏਟ ਟੂ ਮਚ ਆਫ ਦ ਪ੍ਰਾਈਸ। ਜੇ ਓਪਨ ਹਾਊਸ 'ਤੇ ਜਾਂਦੇ ਹੋ, ਅਗਰ ਓਪਨ ਹਾਊਸ 'ਤੇ 20 ਬੰਦੇ ਲਾਈਨ 'ਚ ਖੜੇ ਨੇ ਔਰ ਤੁਸੀਂ ਉਹਨੂੰ 50 lakh ਘੱਟ ਆਫਰ ਕਰ ਰਹੇ ਹੋ, ਚਾਂਸਿਸ ਆ ਵੈਰੀ ਸਲਿਮ ਕਿ ਤੁਹਾਨੂੰ ਘਰ ਮਿਲੇਗਾ। ਅਗਰ ਉੱਥੇ ਆਲਰੇਡੀ 20 ਬੰਦੇ ਲਾਈਨ 'ਚ ਖੜੇ ਸੀਗੇ ਓਪਨ ਹਾਊਸ ਦੇਖਣ ਵਾਸਤੇ ਔਰ 20 ਵਿੱਚੋਂ 10-15 ਦੀ ਆਫਰਾਂ ਪਾਣੀਆਂ ਪਾਣੀਆਂ, ਰਾਈਟ, ਟ੍ਰਾਈ ਟੂ ਬੀ ਮੇਕ ਇਟ ਕਿ ਵੀ ਰੀਜ਼ਨੇਬਲ ਕਿ ਵੀ ਜੋ ਹਾਲਾਤ ਚੱਲ ਰਹੇ ਨੇ, ਅਗਰ ਘਰ ਲੈਣਾ, ਸਮਰ 'ਚ ਮੂਵ ਹੋਣਾ, ਹੁਣ ਜਿਵੇਂ ਕਹਿੰਦੇ ਨੇ ਥਰਡ ਵੇਵ ਆਏਗੀ ਸਪਟੈਂਬਰ ਦੇ ਵਿੱਚ, ਹੋਪਫੁਲੀ ਨਾਟ, ਯੂ ਨੋ, ਨਾ ਆਵੇ, ਬਟ ਲਾਟ ਆਫ ਪੀਪਲ ਆਰ ਮੈਂਟਲੀ ਕਿ ਵੀ ਅਸੀਂ ਵੀ ਵਾਂਟ ਮੂਵ ਇਨ ਟੂ ਹਾਊਸਿਸ ਫਸਟ, ਰਾਈਟ ਅਵੇ, ਉਸ ਕਰਕੇ ਕਾਫੀ ਰਸ਼ ਚੱਲ ਰਿਹਾ ਘਰਾਂ ਦਾ। ਵੈਨ ਯੂ ਆਰ ਮੇਕਿੰਗ ਐਨ ਆਫਰ, try to make it as based on the situation, agar 15 bande khade ne, try to make it closer to full price or maybe higher than a full price. And very important second thing, todi pre approval must tode hath ch honi chahidi hai, kyunki agar todo pre approval nahi hai, todi offer paave zyada vi hoegi, todi seller accept nahi karda, kyunki seller nu pata hai ki mera prime time hai, summer ch main ghar vekhna hai, vechna hai, aur august september to pehle pehle ghar mera close hona chahiye, they will get the top dollars, unhonu mil rahe ne. So naal immediately pehle apna process pre approval da shuru karao, sanu call karo, as assi hamesha bolde haan, koi obligation nahi hai, koi charge nahi hai, koi fee nahi hai, sade kol aao, sanu call karo, document bhejo, assi tode pre approval karange, tode based on tode income ya situation ya no income loan di, tonic pre approval certificate jada milega,
ਉਹ ਤੁਸੀਂ ਆਫਰ ਦੇ ਨਾਲ ਲਗਾ ਕੇ ਭੇਜੋਗੇ ਤੇ ਐਟਲੀਸਟ ਸੈਲਰ ਨੂੰ ਪੀਸ ਆਫ ਮਾਈਂਡ। ਬਾਕੀ ਲੋਕ ਵੀ ਪ੍ਰੀ ਅਪਰੂਵਲ ਸਰਟੀਫਿਕੇਟ ਨਾਲ ਲਗਾਉਂਦੇ ਨੇ, ਮਗਰ ਬਿਨਾਂ ਉਹਦੇ ਤੁਹਾਡੇ ਚਾਂਸਿਸ ਬਹੁਤ ਘੱਟ ਜਾਂਦੇ ਨੇ ਆਫਰ ਦੇ, ਕਿਉਂਕਿ ਦੇ ਨਾਲ ਵੇਸਟ ਟਾਈਮ। ਤੇ ਇਸ ਕਰਕੇ ਆਪਣਾ ਪ੍ਰੀ ਅਪਰੂਵਲ ਸਾਡੇ ਕੋਲ ਕਰਾਓ, ਕਾਲ ਕਰੋ, ਕੋਈ ਐਪਲੀਕੇਸ਼ਨ ਦੇਰ ਇਜ਼ ਨਥਿੰਗ। ਤੁਸੀਂ ਪ੍ਰੀ ਅਪਰੂਵਲ ਕਰਾਉਣ ਤੋਂ ਬਾਵਜੂਦ ਵੀ ਅਗਰ ਤੁਹਾਨੂੰ ਬਾਹਰੋਂ ਕੋਈ ਫੋਰਸ ਕਰੇ ਲੋਨ ਲੈਣਾ ਸੇ ਜਾਂ ਤੁਹਾਨੂੰ ਲੋਨ ਬਾਹਰੋਂ ਬੈਟਰ ਅੱਛਾ ਮਿਲਦਾ ਹੋਵੇ, ਵੀ ਨੈਵਰ ਓਬਜੈਕਟ, ਵੀ ਆਲਵੇਜ਼ ਗਾਈਡ ਯੂ ਥਰੂ ਅੰਟਿਲ ਦ ਕਲੋਜ਼ਿੰਗ, ਭਾਵੇਂ ਤੁਸੀਂ ਦੂਜੇ ਨਾਲ ਕਲੋਜ਼ਿੰਗ ਕਰਦੇ ਹੋ। ਬਿਕਾਜ਼ ਪਹਿਲੀ ਗੱਲ ਤੇ ਚਾਂਸਿਸ ਆਰ 99% ਤੁਸੀਂ ਸਾਨੂੰ ਛੱਡ ਕੇ ਨਹੀਂ ਜਾਓਗੇ। ਰਾਈਟ, ਜਸਟ ਇਨ ਕੇਸ ਇਫ ਯੂ ਗੋ, ਵੀ ਆਰ ਸਟਿਲ ਹੇਅਰ ਫੋਰ ਯੂ, ਕਿਉਂਕਿ ਕੋਈ ਨਾ ਕੋਈ ਮਿਸ ਕੋਟੇਸ਼ਨ ਹੁੰਦੀਆਂ ਨੇ ਮਾਰਕੀਟ ਦੇ ਵਿੱਚ, ਕਿਸੇ ਨੇ ਮਿਸ ਕੋਟ ਕਰਕੇ ਲੋਅਰ ਇੰਟਰਸਟ ਰੇਟ ਕੋਟ ਕਰਕੇ ਲੋਨ ਲੈ ਲਿਆ। ਅਸੀਂ ਲਾਈਵ ਇੰਟਰਸਟ ਰੇਟ ਕੋਟ ਕਰਦੇ ਹਾਂ, ਜੋ ਜੋ ਤੁਸੀਂ ਸਾਡੇ ਕੋਲ ਆਏ ਅਸੀਂ ਉਸ ਵੇਲੇ ਇੰਟਰਸਟ ਰੇਟ ਚੈੱਕ ਕਰਦੇ ਹਾਂ, ਬੈਂਕ ਦਾ ਕੀ ਹੈਗਾ ਵੀ ਤੁਹਾਨੂੰ ਉਹ ਕੋਟ ਕਰਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਇਸ ਟਾਈਮ ਰੇਟ 3 ਚੱਲ ਰਿਹਾ ਤੁਹਾਨੂੰ ਅਸੀਂ 2.5 ਕੋਟ ਕਰਤਾ, ਤੁਹਾਨੂੰ 2.5 ਬਾਅਦ ਚੁੱਕਿਆ ਜੀ ਸਟੋਰੀ ਬਣਾ ਤੀ, ਨਹੀਂ, ਜੋ ਰੇਟ ਸਾਨੂੰ ਬੈਂਕ ਤੋਂ ਸ਼ੋ ਹੋਏਗਾ ਵੀ ਕੋਟ ਯੂ ਦੈਟ ਰੇਟ। ਉਸ ਤੋਂ ਬਾਅਦ ਅਗਰ ਤੁਹਾਨੂੰ ਕਿਸੇ ਨੇ ਕੋਟ ਲੋਅਰ ਕਰਕੇ ਅਗਰ ਲੋਨ ਲੈ ਲਿਆ, ਦੈਟ ਇਜ਼ ਨਾਟ, ਵੀ ਡੋਂਟ ਓਬਜੈਕਟ ਆਨ ਇਟ। ਇਸ ਕਰਕੇ ਬੀ ਕੇਅਰਫੁਲ, ਅਗਰ ਕਰ ਲੈਣਾ ਹੈ ਟੇਕ ਦ ਸਮ ਵਾਈਜ਼ ਸਟੈਪਸ, ਸਾਨੂੰ ਕਾਲ ਕਰੋ, ਆਈ ਵਿਲ ਗਾਈਡ ਯੂ ਥਰੂ ਟੂ ਹਾਊ ਟੂ ਪ੍ਰੋਸੈਸ ਦ ਹੋਲ ਟ੍ਰਾਂਜੈਕਸ਼ਨ ਫਰੋਮ ਦ ਸੈਲਿੰਗ ਦ ਹਾਊਸ ਟੂ ਬਾਇੰਗ ਦ ਹਾਊਸ। ਹਰਮਨ ਸਿੰਘ ਜੀ, ਸਿੰਸ ਯੂ ਆਰ ਇਨ ਦਿਸ ਬਿਜ਼ਨਸ ਮੋਰ ਦੈਨ ਫਰੋਮ ਮੋਰ ਦੈਨ 25 ਈਅਰਸ, ਵਟ ਯੂ ਥਿੰਕ ਅਬਾਊਟ ਦਿਸ ਈਅਰ? Like as in real estate, as in mortgage, what can be a future of 2021? Dekho, CNBC the last week news I see ki since the younger generation also start thinking about buying the houses. Pehle younger generation was free mind ke hunda si ghar nahi lena, aaye rent kar lo, apartment le lo, but younger generation also start thinking investing into real estate. Plus jo sada rush chal raha si covid da, density da, people da, it combination of these two things, ਮਾਰਕੀਟ ਅਗਲੇ 2 ਸਾਲ, ਇਹ CNBC ਦੀ ਨਿਊਜ਼ ਹੈ ਲਾਸਟ ਵੀਕ ਦੀ, ਕਿ ਨੈਕਸਟ 2 ਈਅਰਸ ਦਾ ਮਾਰਕੀਟ ਵਿਲ ਰਿਮੇਨ ਵੈਰੀ ਹੌਟ। ਸੋ ਇਸ ਕਰਕੇ ਸਾਨੂੰ ਬੜੀਆਂ ਕਾਲ ਆਉਂਦੀਆਂ ਜੀ, ਸਾਨੂੰ ਕਿਸੇ ਨੇ ਕਿਹਾ ਜੀ ਮਾਰਕੀਟ ਡਰੋਪ ਹੋ ਜਾਏਗੀ, ਆਈ ਡੋਂਟ ਥਿੰਕ ਸੋ। ਜਿਹੜੇ ਏਰੀਏ 'ਚ ਅਸੀਂ ਕਵਰ ਕਰਦੇ ਹਾਂ, ਜਿਹੜੇ ਏਰੀਏ ਸਾਡੀ ਕਮਿਊਨਿਟੀਆਂ ਰਹਿੰਦੀਆਂ ਨੇ, ਉਹਨ ਕਮਿਊਨਿਟੀਜ਼ ਦੇ ਵਿੱਚ ਆਈ ਡੋਂਟ ਥਿੰਕ ਸੋ ਪ੍ਰਾਈਜ਼ ਘਟਣਗੀਆਂ ਨੈਕਸਟ 2 ਈਅਰਸ, ਕਿਉਂਕਿ ਟ੍ਰਾਂਜੈਕਸ਼ਨ ਬੜਾ ਮੈਸਿਵ ਸਕੇਲ 'ਤੇ ਚੱਲ ਰਿਹਾ। ਕੁਈਨਸ ਤੋਂ ਲੋਕ ਲੋਗਰ ਮੂਵ ਕਰ ਰਹੇ ਨੇ, ਬਰੁਕਲਿਨ ਤੋਂ ਮੂਵ ਕਰ ਰਹੇ ਨੇ, ਬਰੁਕਲਿਨ ਤੋਂ ਕੁਈਨਸ ਆ ਰਹੇ ਨੇ, ਸੋ ਆਈ ਡੋਂਟ ਥਿੰਕ ਸੋ ਪ੍ਰਾਈਜ਼ ਮਾਰਕੀਟ ਵਿਲ ਡਰੋਪ ਐਨੀ ਟਾਈਮ ਸੂਨ। So, can you suggest them the best area in Long Island? Dekho, it's individual needs hundiyan hai, but basically jo system community ka jo density chal rahi hai, they're moving closer to Hicksville town. Hicksville, Bethpage, Levittown, Plainview, East Meadow, aur jehde kai jinna nu bigger lot size chahide ne, they're moving to Dixhills. So, community ka transition itthe ho rahi hai. Jehde upper middle class ne, upper class log ne, they're moving into Roslyn Heights, Roslyn, Brookville, Old Westbury. So based on the individual needs. So but depend karda hai ki tusi agar Queens to bahar nikalde ho and then you are going to Floral Park to bahar nikal ke New Hyde Park to bahar nikal ke you want to go to Sarringtown or you want to go to Roslyn Heights, Roslyn Harbor, Port Washington, Old Westbury, Mineola, Hicksville, ya fir tusi hor age Dix Hills jana chahnde ho, ya fir tusi Dix Hills to aur age Suffolk County jana chahnde ho, and you're looking a house somewhere in Hicksville, the Plainview, Bethpage, kai sare area ne jehde jinna area de vich tusi apna ghar jehda buy kar sakde ho. Ji Harman ji, middle income group jave, they are moving closer to Hicksville surroundings de vich, right? School district jehde ne, Jericho, Syosset school district is very good school districts, Manassas is good school district. ਸੋ ਤੁਸੀਂ ਅਗਰ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਜਸਟ ਟੂ ਪਿਕ ਦ ਟਾਊਨ ਬੇਸਡ ਔਨ ਯੂਅਰ ਫੈਮਿਲੀ ਨੀਡ, ਸਾਨੂੰ ਕਾਲ ਕਰੋ, ਅਸੀਂ ਤੁਹਾਡੀ ਬੱਚਿਆਂ ਦੀ ਏਜ ਗਰੁੱਪ ਦੇ ਅਕੋਰਡਿੰਗਲੀ ਆਈ ਵਿਲ ਗਾਈਡ ਯੂ ਥਰੂ. ਮੈਂ ਲੌਂਗ ਰਹਿੰਦਾ, ਮੈਨੂੰ ਪ੍ਰੀਟੀ ਮੱਚ ਕਾਫੀ ਟਾਊਨ ਦੀ ਨੌਲੇਜ ਹੈ, ਸਕੂਲਾਂ ਦੀ ਨੌਲੇਜ ਹੈਗੀ ਹੈ, ਮੇਰੇ ਬੱਚੇ ਵੀ ਸਕੂਲ ਜਾਂਦੇ ਨੇ. ਤੇ ਅਗਰ ਤੁਹਾਨੂੰ ਆਪਣੇ ਬੱਚਿਆਂ ਦੀ ਏਜ ਗਰੁੱਪ ਦੇ ਅਕੋਰਡਿੰਗਲੀ ਇੱਕ ਨੀਡ ਹੈਲਪ ਕਿ ਵੀ ਮੈਂ ਇਹ ਸਾਡਾ ਇਨਕਮ ਗਰੁੱਪ ਹੈ, ਇਹ ਬੱਚਿਆਂ ਦੀ ਏਜ ਹੈ, ਸਾਨੂੰ ਸੁਜੈਸਟ ਕਰੋ, ਆਈ ਵਿਲ ਸੁਜੈਸਟ ਯੂ ਕਿ ਕਿਹੜਾ ਤੁਹਾਡੇ ਲਈ ਟਾਊਨ ਜ਼ਿਆਦਾ ਅੱਛਾ ਰਹੇਗਾ ਬੇਸਡ ਔਨ ਯੂ ਨੋ ਫਾਰ ਯੂਰ ਕਿਡਸ ਐਜੂਕੇਸ਼ਨ ਪਰਪਸਿਸ. ਓਕੇ. The next question, I'm looking to sell my house and planning to buy next house with 50% down payment. Can we get better interest rate? Dekho ji, agar tusi income check loan karwa rahe ho, income check loan de do cheezan required hundiyan ne, credit score, income and down payment. Tusi agar 50% down de rahe ho, still based on category jehdi hundi hai, depend karda ji kinne da ghar buy kar rahe ho. Agar tusi ghar leh rahe ho 1 million da, 50% down ditta, as long as study jo loan limit 548,000 to thalle hai, you will get a very good interest rate right now, which is under 3%. Piche rate vadhe sige, then they drop again. But if your credit scores are low, that makes a big difference. It's based on credit score, income, the down payment, tinna da combination hunda hai.
mainly is the credit scores and your income. ਤੇ ਅਗਰ ਤੁਹਾਡਾ ਸਕੋਰ ਇਜ਼ ਵੈਰੀ ਇੰਪੋਰਟੈਂਟ ਅਗਰ ਤੁਸੀਂ ਮੈਨੂੰ ਕਾਲ ਕਰਕੇ ਆਪਣਾ ਸਕੋਰ ਦੱਸ ਦਿਓ ਐਂਡ ਆਈ ਵਿਲ ਐਗਜ਼ੈਕਟਲੀ ਕੋਚ ਯੂ ਵਾਟ ਅ ਰੇਟ ਯੂ ਵਿਲ ਗੈਟ ਯੈਸ ਬੇਸਡ ਔਨ 50% ਯੂ ਵਿਲ ਗੈਟ ਅ ਬੈਟਰ ਰੇਟ ਦੈਨ ਰੈਗੂਲਰ ਅਦਰ ਲੋਨਸ ਫਿਰ ਬਿਲਕੁਲ ਠੀਕ ਹੈ ਗੱਲ ਹੈ ਜੀ 516-441-7000 ਤੇ ਕਾਲ ਕਰ ਲਿਓ ਜਾਂ ਫਿਰ 718-441-7000 ਤੇ ਕਾਲ ਕਰ ਲਿਓ ਦੋ ਇਹਨਾਂ ਦੇ ਆਫਿਸਿਸ ਨੇ ਵਨ ਆਫਿਸ ਇਜ਼ ਲੋਕੇਟਡ ਇਨ ਹਿਕਸਵਿਲ ਲੌਂਗ ਆਈਲੈਂਡ ਐਂਡ ਦੇਅਰ ਅਦਰ ਆਫਿਸ ਇਜ਼ ਲੋਕੇਟਡ ਇਨ ਪੰਜਾਬ ਐਵਨਿਊ ਰਿਚਮੰਡ ਹਿੱਲ You can visit any of these office and you can inquire about mortgage and real estate and you can just call them for free personal consultation. Whatever is your requirement, Harman Singh Ji is available for you in Richmond Hill office and in the Hicksville office. Before, you have to make an appointment if you really want to meet him somewhere in Long Island. Let's go to the other question. I'm buying short sale and some title issues came up and having problem closing it. Can Omni close it with violations? ਦੇਖੋ ਜੀ ਅਸੀਂ ਪਹਿਲੇ ਪ੍ਰੋਬਲਮ ਵੀ ਕਵਰ ਕੀਤਾ ਸੀਗਾ ਸਾਡੇ ਕੋਲ ਇਟਸ ਨੋਰਮਲੀ ਬਿਗ ਬੈਂਕਸ ਡੋਂਟ ਕਲੋਜ਼ ਵਿਦ ਐਨੀ ਟਾਈਟਲ ਪ੍ਰੋਬਲਮਸ ਜਾਂ ਵਾਇਲੇਸ਼ਨ ਦੇ ਨਾਲ ਸਾਡੇ ਕੋਲ ਬਿਕਾਜ਼ ਸਾਡਾ ਬ੍ਰੋਕਰ ਚੈਨਲ ਬੜਾ ਵੱਡਾ ਹੁੰਦਾ ਵੇ ਸਾਡੇ ਬ੍ਰੋਕਰ ਚੈਨਲ 'ਚ ਬਹੁਤ ਕੰਪੀਟੀਸ਼ਨ ਹੁੰਦਾ ਵੇ ਸਾਡੇ ਬੈਂਕਸ ਜਿਹੜੇ ਨੇ ਦੇ ਐਂਟਰਟੇਨ ਪ੍ਰਾਪਰਟੀਜ਼ ਵਿਦ ਵਾਇਲੇਸ਼ਨ ਵਿਦ ਦ ਸੀ ਓ ਅਸੀਂ ਕਲੋਜ਼ਿੰਗ ਕਰ ਰਹੇ ਹਾਂ ਕਿ ਉਹਨਾਂ ਟੂ ਫੈਮਿਲੀ ਕਾਰਵਾਈ ਕੀਤਾ ਅਤੇ ਉਹ ਜਦੋਂ ਟਾਈਟਲ ਸਰਚ ਆਈ ਉਹਦੇ 'ਚ ਟੂ ਫੈਮਿਲੀ ਨਹੀਂ ਆਇਆ ਉਹ ਵਨ ਫੈਮਿਲੀ ਸ਼ੋਅ ਕਰ ਰਿਹਾ ਸੀਗਾ ਬਟ ਸਮ ਡਾਕੂਮੈਂਟ ਸ਼ੋਇੰਗ ਟੂ ਫੈਮਿਲੀ ਹੁਣ ਸਿੰਸ ਸੀ ਓ ਨਹੀਂ ਹੈ ਬੈਂਕਸ ਵਿਲ ਨਾਟ ਕਲੋਜ਼ ਹੁਣ ਸਾਡਾ ਜਿਹੜੇ ਬੈਂਕਸ ਹੈਗੇ ਨੇ ਦੇ ਐਕਸੈਪਟ ਬਾਇਰ ਨੂੰ ਪੁੱਛਿਆ ਕਿ ਵੀ ਤੁਸੀਂ ਆਰ ਯੂ ਵਿਲਿੰਗ ਟੂ ਬਾਏ ਤੁਸੀਂ ਘਰ ਲੈਣਾ ਚਾਹੁੰਦੇ ਹੋ ਭਾਵੇਂ ਵਨ ਫੈਮਿਲੀ ਹੈ ਉਹ ਕਹਿੰਦੇ ਨਹੀਂ ਜੀ ਅਸੀਂ ਲੈਣਾ ਕਰਕੇ ਸਾਡਾ ਟੂ ਫੈਮਿਲੀ ਬਣਿਆ ਹੋਇਆ ਸਾਡੀ ਫੈਮਿਲੀ ਨੂੰ ਸੂਟ ਕਰਦਾ ਵੇ ਅਸੀਂ ਬਾਏ ਕਰਾਂਗੇ ਅਤੇ ਅਸੀਂ ਉਹ ਲੋਨ ਬਿਨਾਂ ਸੀ ਓ ਦੇ ਅਸੀਂ ਕਲੋਜ਼ ਕਰਦਾ ਦਿਸ ਕੇਸ ਜੇਕਰ ਤੁਹਾਨੂੰ ਵਾਇਲੇਸ਼ਨਸ ਹੈਗੀਆਂ ਨੇ ਸ਼ਾਰਟ ਸੇਲ ਲੈ ਰਹੇ ਹੋ ਸ਼ਾਰਟ ਸੇਲ ਦੀ ਪ੍ਰੋਬਲਮ ਹੁੰਦੀ ਹੈ ਟਾਈਮ ਬਾਉਂਡ ਹੁੰਦੀ ਹੈ ਲਿਮਿਟਡ ਟਾਈਮ ਮਿਲਦਾ ਵੇ ਨਹੀਂ ਕਲੋਜ਼ ਕਰੋਗੇ ਤਾਂ ਸ਼ਾਰਟ ਸੇਲ ਤੁਹਾਡੀ ਐਕਸਪਾਇਰ ਹੋ ਜਾਏਗੀ ਦੁਬਾਰਾ ਅਪਲਾਈ ਕਰਨੀ ਪੈਂਦੀ ਹੈ ਕਈ ਵਾਰ ਦੁਬਾਰਾ ਅਪਲਾਈ ਕਰੋ ਉਹ ਜ਼ਿਆਦਾ ਮਹਿੰਗੀ ਪ੍ਰਾਈਜ਼ ਆ ਜਾਂਦੀ ਹੈ ਅਤੇ ਡੋਂਟ ਵੇਟ ਕਾਲ ਮੀ ਰਾਈਟ ਅਵੇ ਮੈਂ ਤੁਹਾਨੂੰ ਪੂਰਾ ਪ੍ਰੋਪਰਲੀ ਗਾਈਡ ਕਰਕੇ ਐਂਡ ਆਈ ਵਿਲ ਟੈਲ ਯੂ ਇਮੀਡੀਏਟਲੀ ਮੋਸਟ ਲਾਈਕਲੀ 99% ਵੀ ਵਿਲ ਕਲੋਜ਼ ਵਿਦ ਵਾਇਲੇਸ਼ਨਸ ਬਿਲਕੁਲ ਮਨ ਬਣਾਓ ਤੇ ਆ ਜਾਓ ਤੇ ਓਮਨੀ ਮੋਰਗੇਜ ਦੇ ਵਿੱਚ ਆਪਣਾ ਡ੍ਰੀਮ ਹਾਊਸ ਦੀ ਚਾਬੀ ਜਿਹੜੀ ਉਹ ਲੈ ਜਾਓ ਮਨ ਬਣਾਓ ਤੇ ਆਉਣਾ ਪੈਣਾ ਔਰ ਜਦ ਤੁਸੀਂ ਮਨ ਬਣਾ ਕੇ ਜਾਓਗੇ ਤਾਂ ਹਰਮਨ ਸਿੰਘ ਜੀ ਤੁਹਾਨੂੰ ਚਾਬੀ ਲੈ ਕੇ ਘਰ ਦੀ ਭੇਜਣਗੇ 516-441-7000 ਤੇ ਕਾਲ ਮਿਲਾਉਣੀ ਪੈਣੀ ਹੈ ਔਰ ਆਪਣੀ ਫ੍ਰੀ ਪਰਸਨ ਕੰਸਲਟੇਸ਼ਨ ਲਈ ਅਪੁਆਇੰਟਮੈਂਟ ਬਣਾਉਣੀ ਪੈਣੀ ਹੈ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਵੀ ਲਗਾਤਾਰ ਸਾਡਾ ਇਹ ਬੁਲੇਟਿਨ ਇਸੇ ਤਰੀਕੇ ਨਾਲ ਜਾਰੀ ਰਹੇਗਾ ਬ੍ਰੇਕ ਤੋਂ ਬਾਅਦ ਸਵਾਗਤ ਹੈ ਹੁਣ ਚੱਲਦੇ ਹਾਂ ਅਗਲੇ ਸਵਾਲ ਦੇ ਵੱਲ ਹਰਮਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਪੰਜਾਬ ਐਵਨਿਊ ਰਿਚਮੰਡ ਹਿੱਲ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ I have applied for FHA loan and forget to add closing cost to the loan. Can we add now? We are short of money. It's a very technical question. I did technically वैसे कहते हैं कि FHA loan apply करो जो तुझे contract sign किया उस लेकर तुझे नहीं add किया most of the banks will not accept it. But ऐसी cases किया है case by case made the case to underwriter the bank नो कि भई एना को पहले ही पैसे नहीं सीखे कि एना दी bank statement prove किया ऐसी कि भई एना को पहले है ही $40 सीखा ਇਹਨਾਂ ਕੋਲ ਪੈਸੇ ਨਹੀਂ ਸੀਗੇ ਤੇ ਇਹਨਾਂ ਨੇ ਪਾਉਣਾ ਸੀ ਇਟ ਵੀ ਮੇਡ ਅ ਸਟੋਰੀ ਬਣਾ ਕੇ ਪ੍ਰੈਜੈਂਟ ਕੀਤੀ ਵੀ ਇਹ ਓਨਸਟ ਮਿਸਟੇਕ ਹੋਈ ਹੈ ਉਸ ਮਿਸਟੇਕ ਤੇ ਵੀ ਗਾਟ ਐਕਸੈਪਸ਼ਨ ਬਟ ਸਮ ਟਾਈਮ ਦ ਬੈਂਕਸ ਆਰ ਵੈਰੀ ਹਾਰਡ ਕਿ ਤੁਹਾਨੂੰ ਪ੍ਰਾਈਜ਼ ਵਧਾਉਣ ਨਹੀਂ ਦਿੰਦੇ ਕੰਟਰੈਕਟ ਸਾਈਨ ਹੋਣ ਤੋਂ ਬਾਅਦ ਅਗਰ ਤੁਹਾਡਾ ਕੇਸ ਹੈਗਾ ਬੈਂਕ ਨੂੰ ਗੱਲ ਕਰੋ ਉਹਨਾਂ ਨੂੰ ਆਪਣੀ ਸਟੇਟਮੈਂਟ ਦਿਖਾਓ ਜਿਹੜੀ ਤੁਸੀਂ ਜੋ ਕੰਟਰੈਕਟ ਸਾਈਨ ਕਰਨ ਦੇ ਤੁਹਾਡੇ ਕੋਲ ਪੈਸੇ ਸੀਗੇ ਜਸਟੀਫਾਈ ਕਰੋ ਕਿ ਵੀ ਸਾਡੇ ਕੋਲ ਵਾਕਈ ਮਿਸਟੇਕ ਹੋਈ ਹੈ ਅਟਰਨੀ ਕੋਲੋਂ Some underwriter, they might accept it. If not, call me. I will try. I'll call apne 2-4 bankers gal kar lunga. Agar possible hoega, we'll try to get it done. But I will tell you up front, main thoda time thoda nahi assi waste karange. Within a matter of assi adhe ghante ek ghante, we'll give the answer for that. Bilkul. Let's go to next question. Do we have to have down payment in the bank before we start looking? Yes or no. As per the rule, money should be in your bank 2 mahine pehle thode account chode chahiye. ਮਗਰ ਅਗਰ ਤੁਸੀਂ 20% ਡਾਊਨ ਦੇ ਰਹੇ ਹੋ ਯੂ ਅਲਾਊ ਟੂ ਗੈਟ 100% ਗਿਫਟ ਮਨੀ ਫਰੋਮ ਯੋਰ ਪੇਰੈਂਟਸ ਫਾਦਰ ਅੰਕਲ ਬ੍ਰਦਰ ਸਿਸਟਰ ਕਿਸੇ ਕੋਲੋਂ ਤੇ ਡਿਪੈਂਡ ਕਰਦਾ ਡਾਊਨ ਕਿੰਨਾ ਦੇ ਰਹੇ ਹੋ ਅਗਰ ਇਫ ਯੂ ਗੋਇੰਗ ਫਾਰ FHA ਲੋਨ ਯੂ ਆਲਸੋ ਅਲਾਊ ਟੂ ਗੈਟ 100% ਗਿਫਟ ਉਸ ਕੇਸ 'ਚ ਤੁਹਾਡੇ ਕੋਲ ਪੈਸੇ ਅਗਰ ਨਹੀਂ ਨੇ ਯੂ ਸਟਿਲ ਓਕੇ ਬਟ ਇਟ ਡਿਪੈਂਡਸ ਅਗਰ ਤੇ 20% ਡਾਊਨ ਦੇ ਰਹੇ ਹੋ ਯੂ ਅਲਾਊਡ ਯੂ ਡੋਂਟ ਹੈਵ ਟੂ ਹੈਵ ਅ ਮਨੀ ਇਨ ਦ ਬੈਂਕ ਯੂ ਕੈਨ ਕਲੋਜ਼ਿੰਗ ਤੋਂ ਪਹਿਲੇ ਗਿਫਟ ਦਾ ਚੈੱਕ ਲੈ ਕੇ ਆਪਣੇ ਅਕਾਊਂਟ ਪਾ ਦਿਓ ਐਂਡ ਵੀ ਕੈਨ ਕਲੋਜ਼ ਅ ਲੋਨ ਫੋਰ ਯੂ ਜੀ can we get all money gift from the father to buy the house as he just I answered the question ki bhi yes agar once you putting 20% down or you going FHA loan which is 3.5% down to anu 100% gift allowed hai te agar tusi gift le rahe ho father ko if put conventional loan le rahe ho 20% down de rahe ho
yes, 100% gifts allowed. Same thing also. FHA loan ले रहे हो, 3.5% down है, सारे पैसे parents को ले रहे हो, that's also allowed. पर आजकल दे जेड़े नौजवान हरमन सिंह जी, यू कहंदे कि चलो ठीक है gift अगर दे रहे ने that's okay, but आजकल जेड़े मैं देखी है young generation, they want to be self independent and they really want to have their own money. But it's okay if you really want to have your first house and you want to have your own property, you can take a gift and you can return them back. But it's okay. There is an opportunity available for you ki tusi gift laake jehda hega apne nave ghar di shuruaat le sakde ho. 516-441-7000 te call karke tusi Harman ji naal badheri jankari layi. For more information, you can call him. You can ask him any questions you have regarding your dream house, regarding your credit repair, regarding your credit score, whatever you want to ask. Buying your dream house is just one call away from Harman Singh ji. Let's go to our last question. What happens when appraisal value comes short? This is a very aajkal question ban gaya hai. Sanu kai var reverse question aunde ne ki market ani hot hai, prices upar ja rahi hain te appraisal ke short aa rahi hai. Appraisal short ta aa rahi hai ki jab jehda bank jadon property value nu appraise karda ve, oh pichle 6 mahine di sales nu count karda hai ki pichle 6 mahine che kar eh similar karke ne rakhe ne. ਹੁਣ ਉਹ ਕੀ ਰਿਹਾ ਕਿ 6 ਮਹੀਨੇ ਵਿੱਚ ਪ੍ਰਾਈਸਿਸ ਜਿਹੜੀਆਂ ਨੇ 5% 10% ਕਿਸੇ ਏਰੀਏ 'ਚ ਵੱਧ ਰਹੀਆਂ ਨੇ, ਵਿੰਟਰ ਤੋਂ ਬਾਅਦ ਪ੍ਰਾਈਸ ਸਮਰ 'ਚ ਪ੍ਰਾਈਸ ਵਧੀਆਂ ਨੇ ਵੈਸੇ ਵੀ, ਅਤੇ ਉਸ ਕਰਕੇ ਜਦੋਂ ਅਪਰੇਜ਼ਲ ਕੰਪਨੀ ਅਪਰੇਜ਼ਲ ਕਰਨ ਜਾਂਦੀ ਹੈ ਤਾਂ ਦੇਖਦੇ ਨੇ ਵੀ ਕਿ ਸਾਨੂੰ ਕੋਈ ਘਰ ਨਹੀਂ ਮਿਲ ਰਿਹਾ ਸਿਮਲਰ ਲਾਸਟ 6 ਮੰਥ 'ਚ ਇਸ ਪ੍ਰਾਈਸ ਦੇ ਵਿਕਿਆ ਹੋ, ਉਹ ਦੇਖਦੇ ਨੇ ਤੁਸੀਂ ਘਰ 6 ਦਾ ਲੈ ਰਹੇ ਹੋ ਅਤੇ ਸੇਮ ਘਰ 6 ਮਹੀਨੇ ਪਹਿਲੇ 5.5 ਦਾ ਵਿਕਿਆ, ਸੋ ਦ ਬੈਂਕ ਅਪਰੇਜ਼ ਉਸ ਬੇਸ ਉੱਤੇ ਅਤੇ ਉਸ ਕਰਕੇ ਤੁਹਾਡੀ ਵੈਲਿਊ ਘੱਟ ਆਉਂਦੀ ਹੈ, ਰਾਈਟ? 2-3 ਕੇਸਿਸ ਚੱਲ ਰਹੇ ਨੇ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਘਰ ਦੀ ਵੈਲਿਊ ਘੱਟ ਹੈਗੀ. ਕਈ ਕੇਸਿਸ ਹੁੰਦਾ ਕਿ ਬਈ ਸੈਂਟੀਮੈਂਟਲ ਵੈਲਿਊ, ਕਿ ਬਈ ਵੈਲਿਊ ਘੱਟ ਆਈ ਹੈ, ਘਰ ਦੀ ਵੈਲਿਊ ਘੱਟ ਆ, ਨਹੀਂ, ਵੈਲਿਊ ਅੱਜ ਦੀ ਮਾਰਕੀਟ ਦੇ ਵਿੱਚ ਬਿਡਿੰਗ ਵਾਰ ਦੇ ਵਿੱਚ ਵੈਲਿਊ ਘੱਟ ਆ ਰਹੀਆਂ ਨੇ. ਕਈ ਵਾਰ ਹੁੰਦਾ ਘਰ 6 ਦਾ ਸੀਗਾ ਅਤੇ ਵਿਕਿਆ 6.5 ਦਾ, ਅਤੇ ਉਹ 6.5 ਦਾ ਘਰ ਜਿਹੜਾ ਵਿਕਿਆ ਓਵਰ ਪ੍ਰਾਈਸ, ਉਹਦੀ ਵੈਲਿਊ ਘੱਟ ਆਉਣ ਦੇ ਚਾਂਸਿਸ ਜ਼ਿਆਦਾ ਨੇ ਜੀ. ਬਟ ਸੇਮ ਥਿੰਗ, ਤੁਹਾਡੀ ਨੀਡਸ ਅਕੋਰਡਿੰਗਲੀ, ਤੁਹਾਡੇ ਕਰੰਟ ਇਨਵਾਇਰਮੈਂਟ ਦੇ ਵਿੱਚ ਘੱਟ ਵੈਲਿਊ ਦਾ ਮਤਲਬ ਐਬਸੋਲੂਟਲੀ ਕਦੀ ਨਾ ਸੋਚਣਾ ਕਿ ਤੁਹਾਡੇ ਘਰ ਦੀ ਵੈਲਿਊ ਘਟੇਗੀ. ਤੁਸੀਂ ਆਪਣੀ ਨੀਡ ਵਾਸਤੇ ਲੈ ਰਹੇ ਹੋ, ਬਿਡਿੰਗ ਵਾਰ 'ਚ ਜਾ ਰਹੇ ਹੋ, 20 ਫੈਮਿਲੀਆਂ ਓਪਨ ਹਾਊਸ ਖੜੀਆਂ ਨੇ, ਯੂ ਪੇਇੰਗ ਹਾਇਰ ਦੈਨ ਦਾ ਐਸਕਿੰਗ ਪ੍ਰਾਈਸ, ਚਾਂਸਿਸ ਕੈਨ ਬੀ ਦੈਟ ਅਪਰੇਜ਼ਲ ਵੈਲਿਊ ਘਟਾ ਸਕਦੀ. ਬਿਲਕੁਲ. ਹੁੰਦਾ ਕੀ ਹੈ, ਤੁਸੀਂ ਅਗਰ ਰੂਲ ਆਫ ਥੰਬ ਹੁੰਦਾ ਹੈ ਕਿ 4 ਆਪਸ਼ਨ ਹੁੰਦੀਆਂ ਨੇ, ਤੁਸੀਂ ਸੈਲਰ ਕੋਲ ਜਾ ਕੇ ਨੈਗੋਸ਼ੀਏਟ ਕਰ ਸਕਦੇ ਹੋ ਕਿ ਪ੍ਰਾਈਸ ਘਟਾਓ, ਜਾਂ ਤੁਸੀਂ ਡਿਫਰੈਂਸ ਪੇ ਕਰ ਦਿਓ, ਜਾਂ ਸੈਲਰ ਨਾਲ ਨੈਗੋਸ਼ੀਏਟ ਕਰਕੇ ਸਪਲਿਟ ਕਰ ਲਓ ਹੈਫ ਐਂਡ ਹੈਫ, ਔਰ ਦ ਲਾਸਟ ਆਪਸ਼ਨ ਜਿਹੜੀ ਤੁਹਾਡੇ ਕੰਟਰੈਕਟ ਲਿਖੀ ਹੁੰਦੀ ਹੈ ਕਿ ਅਗਰ ਤੁਹਾਡਾ ਅਪਰੇਜ਼ਲ ਵੈਲਿਊ ਘੱਟ ਆਏਗੀ, ਯੂ ਹੈਵ ਏ ਆਪਸ਼ਨ ਟੂ ਕੈਂਸਲ ਦ ਕੰਟਰੈਕਟ ਔਰ ਆਪਣੇ ਪੈਸੇ ਵਾਪਸ ਲੈ ਲਓ. ਬਿਲਕੁਲ. ਉਹ ਆਪਸ਼ਨ ਜਿਹੜੀ ਹੈ, ਆਈ ਡੋਂਟ ਐਡਵਾਈਜ਼, ਕਿਉਂਕਿ ਅੱਜ ਕੱਲ੍ਹ ਦੀ ਮਾਰਕੀਟ ਦੇ ਵਿੱਚ ਅਪਰੇਜ਼ਲ ਆ, ਬਿਕੋਜ਼ ਇਫ ਤੁਸੀਂ ਓਵਰ ਪੇ ਕਰ ਰਹੇ ਹੋ ਤੇ ਚਾਂਸਿਸ ਨੇ ਅਪਰੇਜ਼ਲ ਘੱਟ ਆਉਂਦੇ, ਤੇ ਡੋਂਟ ਬੇਸ ਓਵਰ ਡਿਸੀਜਨ ਕਿ ਬਈ ਮੇਰੀ ਵੈਲਿਊ ਘੱਟ ਆਈ ਹੈ ਤੇ ਮੇਰਾ ਕੰਟਰੈਕਟ ਕੈਂਸਲ ਕਰੋ, ਮੇਰੇ ਪੈਸੇ ਵਾਪਸ ਕਰੋ, ਕਿਉਂਕਿ ਦੁਬਾਰਾ ਘਰ ਲੱਭਣਾ ਜਾਓਗੇ, ਯੂ ਵਿਲ ਬੀ ਬੈਕ ਇਨ ਟੂ ਓਪਨ ਹਾਊਸ ਲਾਈਨਸ, ਬੈਕ ਇਨ ਟੂ ਲਾਈਕਿੰਗ ਦਾ ਹਾਊਸ, ਬੈਕ ਇਨ ਟੂ ਰਸ਼ ਇਨਵਾਇਰਮੈਂਟ, ਉਹ ਫਿਰ ਡਿਸਅਪੋਇੰਟਮੈਂਟ ਹੁੰਦੀਆਂ ਨੇ ਬੜੀਆਂ ਅੱਜ ਕੱਲ੍ਹ. ਵੀ ਹੈਵ ਲੋਟ ਆਫ ਫੈਮਿਲੀਜ਼ ਆਰ ਗੋਇੰਗ ਥਰੂ ਦਿਸ ਪ੍ਰੋਬਲਮਸ, ਡਿਸਅਪੋਇੰਟਮੈਂਟਸ ਨੇ, ਘਰ ਨਹੀਂ ਮਿਲਿਆ, 6-6 ਆਫਰਾਂ ਦਿੱਤੀਆਂ, 8-8 ਆਫਰਾਂ ਦਿੱਤੀਆਂ, ਘਰ ਫਿਰ ਨਹੀਂ ਮਿਲਿਆ. ਸੋ ਦਿਸ ਇਜ਼ ਜਸਟ ਥਿੰਕ, ਅਗਰ ਤੁਹਾਨੂੰ ਕੋਈ ਇਹੋ ਜਿਹਾ ਕ੍ਰਾਈਸਿਸ ਹੈਗਾ, ਕੋਈ ਇਹੋ ਜਿਹੀ ਕੁਐਸਚਨ ਹੈਗਾ, ਕਾਲ ਮੀ, ਆਈ ਵਿਲ ਗਿਵ ਯੂ ਵੈਰੀ ਐਕਸਪਰਟ ਐਡਵਾਈਸ ਬੇਸਡ ਔਨ ਪ੍ਰਾਈਸ ਲੈ ਰਹੇ ਹੋ, ਕਿੱਥੇ ਲੈ ਰਹੇ ਹੋ, ਆਈ ਵਿਲ ਹੈਲਪ ਯੂ ਆਊਟ, ਗਾਈਡ ਯੂ ਥਰੂ. ਇਜ਼ ਨੋ ਐਪਲੀਕੇਸ਼ਨ, ਤੁਸੀਂ ਘਰ ਲੈ ਚੁੱਕੇ ਹੋ, ਮੋਰਗੇਜ ਅਪਲਾਈ ਕਰ ਚੁੱਕੇ ਹੋ, ਆਮ ਸਟਿਲ ਓਪਨ ਟੂ ਹੈਲਪ ਯੂ ਟੂ ਆਨਸਰ ਯੂਰ ਕੁਐਸਚਨਸ. ਬਿਲਕੁਲ. ਜਾਂਦੇ ਜਾਂਦੇ ਹਰਮਨ ਸਿੰਘ ਜੀ, ਕੈਨ ਯੂ ਪਲੀਜ਼ ਟੈਲ ਅਸ ਅਬਾਊਟ ਯੂਰ ਇਨਵੈਂਟਰੀ ਅਵੇਲੇਬਲ ਇਨ ਕੁਈਨਸ ਐਂਡ ਇਨ ਲੌਂਗ ਆਈਲੈਂਡ? ਦੇਖੋ, ਇਨਵੈਂਟਰੀ ਦੇ ਬਹੁਤ ਸ਼ਾਰਟੇਜ ਹੈਗੀ ਹੈ, ਸਾਡੇ ਕੋਲ ਲਿਸਟਿੰਗ ਆ ਰਹੀਆਂ ਨੇ ਕਾਫੀ, ਪਰ ਜਦੋਂ ਆਉਂਦੀ ਹੈ, ਵੀ ਡੂ ਓਪਨ ਹਾਊਸ, ਸਾਡੇ ਵੀਕਐਂਡ ਵੀ ਡੋਨਟ ਓਪਨ ਹਾਊਸ, ਪ੍ਰਾਪਰਟੀਆਂ ਵਿਕ ਜਾਂਦੀਆਂ ਨੇ. ਇਨਵੈਂਟਰੀ ਇਜ਼ ਵੈਰੀ ਸ਼ਾਰਟ. ਅਗਰ ਤੁਸੀਂ ਘਰ ਲੈ ਰਹੇ ਹੋ, ਯੂ ਹੈਵ ਟੂ ਵੈਰੀ ਵੈਰੀ ਵਰਕ ਵੈਰੀ ਵੈਰੀ ਹਾਰਡ ਟੂ ਫਾਈਂਡ ਦਾ ਹਾਊਸ ਯੂ ਲਾਈਕ ਐਂਡ ਮੇਕ ਏ ਆਫਰ ਐਂਡ ਗੈਟ ਇਟ. ਇਸ ਕਰਕੇ ਟਾਈਮ ਵੇਸਟ ਨਹੀਂ ਕਰੋ, ਵੀਕਐਂਡ ਸਪੈਂਡ ਕਰੋ, ਵੀਕਡੇ ਸਪੈਂਡ ਕਰੋ, ਆਨਲਾਈਨ ਲੱਭੋ, ਏਜੰਟਸ ਨੂੰ ਕਾਲ ਕਰੋ, ਸਾਡੇ ਆਫਿਸ ਕਾਲ ਕਰੋ, ਸਾਡੇ ਏਜੰਟ ਆਫਿਸ ਤੁਹਾਨੂੰ ਘਰ ਦਿਖਾਉਣਗੇ. ਇਟ ਇਜ਼ ਅ ਟਾਈਟ, ਵੈਰੀ ਇਹੋ ਜਿਹਾ ਇਨਵਾਇਰਮੈਂਟ ਮੈਂ ਪਿਛਲੇ 35 ਸਾਲ ਮੈਂ ਨਹੀਂ ਵੇਖਿਆ. ਆਈ ਸੀ ਇਟ ਫਸਟ ਟਾਈਮ, ਜੋ ਸ਼ਾਰਟੇਜ ਚੱਲ ਰਹੀ ਹੈ, ਇਨਵੈਂਟਰੀ ਇਜ਼ ਵੈਰੀ ਲੋ, ਬਾਇਰਸ ਆਰ ਬਹੁਤ ਜ਼ਿਆਦਾ ਨੇ, ਔਰ ਯੰਗਰ ਜਨਰੇਸ਼ਨ ਇਜ਼ ਆਲਸੋ, ਦੇ ਆਰ ਬਾਇੰਗ ਦਾ ਹਾਊਸਿਸ, ਜਦੋਂ ਕਹਿ ਰਹੇ ਸੀਗੇ, ਦੇ ਆਰ ਗੈਟਿੰਗ ਮੋਟੀਵੇਟਿਡ, ਦੇ ਹੈਵ ਗੁੱਡ ਜੋਬਸ, ਅਸੀਂ ਦੇਖਦੇ ਹਾਂ ਬੱਚੇ ਅੱਜ ਕੱਲ੍ਹ ਦੇ ਹੈਵਿੰਗ ਵੈਰੀ ਵੈਰੀ ਗੁੱਡ ਜੋਬਸ, ਐਂਡ ਦੇ ਕੁਆਲੀਫਾਈ ਵਿਦ 5% ਡਾਊਨ ਪੇਮੈਂਟ. Right. As karke the kids, I encourage the kids also, real estate is always the best investment. Rental properties low. Aaj ka people are buying a lot of rental properties le rahe hain. So New Jersey, Pennsylvania, Connecticut side there. People, kids are investing money into that also. So it's good advice. Just work hard and try to finalize the house and buy it as soon as possible.
बिल्कुल, मेक इट राइट एंड टेक गुड एडवाइस फ्रॉम हरमन सिंह जी. कॉल हिम ऑन 516-441-7000 फॉर योर होम बेस्ट चॉइस. एंड ऑन टॉप ऑफ दैट, इफ यू आर रियली लुकिंग फॉर योर प्री अप्रूवल एंड यू आर ऑल्सो लुकिंग फॉर अ रीफाइनेंस प्रोग्राम एंड यू आर लुकिंग फॉर एनी काइंड ऑफ लोन व्हेन इट कम्स टू होम, हरमन सिंह जी इज वन कॉल अवे. हरमन जी, थैंक यू सो मच फॉर ज्वाइनिंग अस टुनाइट इन दिस स्पेशल एपिसोड ऑफ ओमनी मॉर्गेज बुलेटिन. धन्यवाद, सत श्री अकाल. मिलांगे नेक्स्ट वीक और लैके आवांगे और जिहड़ियां सरगर्मियां हन इन रियल एस्टेट इंडस्ट्री एंड ऑल्सो इन मॉर्गेज बिजनेस. धन्यवाद, सत श्री अकाल.